ਉਹ ਖੂਪ اٹਲਦਾ ਜਾਂਦਾ ਸੀ ਕਿਉਂਕਿ ਪਾਣੀ ਦਾ ਇਸਤੇਮਾਲ ਕਰਨਾ ਪੈਂਦਾ ਸੀ ਇਹ ਸਮਰਾਟ ਰਾਜੇ ਦੀ ਨਗਰੀ ਮੰਨੀ ਜਾਂਦੀ ਸੀ ਕੋਈ ਜੇ ਕੋਈ ਜਾਨਵਰ ਵੀ ਐ ਸੱਪ ਉਹ ਕੋਈ ਇੱਥੇ ਨੁਕਸਾਨ ਨਹੀਂ ਕਿਸੇ ਦਾ ਕਰਦਾ ਅੱਛਾ ਜੀ ਹਾਂ ਛੋਟੀ ਨੇ ਚੱਕ ਕੇ ਪਰਾ ਛੱਡਿਆ ਉਹਨੇ ਆ ਸਾਰੇ ਪੁਰਾਣੇ ਦਰਖਤ ਹੈ ਇਹਨਾਂ ਦੇ ਵਿੱਚੋਂ ਨਵਾਂ ਦਰਖਤ ਕੋਈ ਨਹੀਂ ਹੈਗਾ ਆ ਤੁਸੀਂ ਬੋਰਡ ਦੀ ਛੱਡ ਦੇਖ ਸਕਦੇ ਹੋ ਕਿੰਨੇ ਸਾਲ ਪੁਰਾਣੀ ਹੋਊਗੀ ਸਾਲ ਚ ਦੁਬਾਰੇ ਫੇਰ ਬਣ ਗਿਆ ਮਤਲਬ ਮੀਂਹ ਪੈ ਨਹੀਂ ਇੱਥੇ ਅੱਛਾ ਇਸ ਏਰੀਏ ਦੇ ਵਿੱਚ ਮੀਂਹ ਪੈਣੇ ਬੰਦ ਹੋ ਗਏ ਸੀ ਜਦੋਂ ਦੁਬਾਰਾ ਖੋਲਤਾ ਸੀ ਫਿਰ ਪੈਣ ਲੱਗ ਗਈ ਹਾਂ ਪੈਣ ਲੱਗ ਗਈ ਪਹਿਲਾਂ ਆ ਕੇ ਸਾਰਾ ਕੁਝ ਇੱਥੇ ਨੇ ਉਹਨਾਂ ਆਖੂ ਹੀ ਖਈ ਦੱਸਦੇ ਵੀ ਉਹਨਾਂ ਦੀ ਖੂਹੀ ਲਾਉਂਦੇ ਸੀ ਵੀ ਪਹਿਲਾਂ ਆਪਾਂ ਨੂੰ ਤਾਂ ਵੀ ਨਹੀਂ ਪਤਾ ਹੈਗਾ ਵੀ ਉਹ ਜਿੱਥੇ ਜਾਂਦੇ ਤੇ ਪਹਿਲਾਂ ਖੂਹੀ ਲਾਉਂਦੇ ਤੇਗੇ ਤੇ ਉੱਥੇ ਦੱਸਿਆ ਜਾਂਦਾ ਕਿ ਜਿਹੜਾ ਦਰਖਤ ਸੀ ਜਿੱਥੇ ਮਾਤਾ ਦਰੋਪਤਾ ਲੁਕੇ ਰਿਹਾ ਕਰਦੇ ਸੀ ਉਸ ਦੇ ਵਿੱਚ ਸੂਰਜ ਦੀ ਕਿਰਨ ਨਹੀਂ ਪੈਂਦੀ ਸੀ ਉਹ ਈਸਾ ਜੀ ਉਹ ਦੇਖ ਰਹੇ ਸਾਰੇ ਸੁਰਤਨ ਸਸ਼ੀਕਾਲ ਅੱਜ ਜਿਸ ਜਗ੍ਹਾ ਦੇ ਉੱਤੇ ਆਏ ਆ ਉਸ ਜਗ੍ਹਾ ਦਾ ਇਤਿਹਾਸ ਕੁਝ ਪੁਰਾਣਾ ਕੈਰਵ ਪੰਡਵ ਦੇ ਵੇਲੇ ਦਾ ਇਤਿਹਾਸ ਹੈ ਜਦੋਂ ਪੰਡਵਾਂ ਨੂੰ 12 ਸਾਲਾਂ ਦਾ ਬਨਵਾਸ ਕੱਟਿਆ ਸੀ ਤੇ ਉਸ ਤੋਂ ਬਾਅਦ 13ਵਾਂ ਸਾਲ ਸੀ ਜਿਹੜਾ ਉਹ ਇਸ ਜਗ੍ਹਾ ਦੇ ਉੱਤੇ ਬਿਤਾ ਕੇ ਗਏ ਸੀ ਉਸ ਸਮੇਂ ਦੀ ਸਰਕਾਰ ਜਾਂ ਉਸ ਸਮੇਂ ਦਾ ਪ੍ਰਸ਼ਾਸਨ ਲਾ ਲੋ ਜੋ ਵੀ ਸੀ ਉਸ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ 12 ਸਾਲਾਂ ਦਾ ਬਨਵਾਸ ਕੱਟ ਲਿਆ ਜੇ 13ਵੇਂ ਸਾਲ ਤੁਸੀਂ ਸਾਨੂੰ ਦੱਸ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ 12 ਸਾਲਾਂ ਦਾ ਬਨਵਾਸ ਫਿਰ ਕੱਟਣਾ ਪਵੇਗਾ ਉਹਨਾਂ ਦੇ ਡਰ ਤੋਂ ਇਸ ਜਗ੍ਹਾ ਦੇ ਉੱਤੇ ਜਿਹੜੇ ਪੰਡਵ ਸੀ ਉਹ ਇਸ ਜਗ੍ਹਾ ਦੇ ਉੱਤੇ ਰਹੇ ਸੀ ਤੇ ਇਸ ਜਗ੍ਹਾ ਦਾ ਨਾਮ ਹੈ ਪੀਂਗ ਪਲਾੜਾ ਸਾਹ ਪਿੰਕ ਪਲਾੜਾ ਸਾਹਿਬ ਤੁਸੀਂ ਦੇਖ ਸਕਦੇ ਹੋ ਇਸ ਦਰਖਤਾਂ ਦੇ ਉੱਤੇ ਇਹਨਾਂ ਦਰਖਤਾਂ ਦੇ ਉੱਤੇ ਜਿਹੜੇ ਪੰਡਵ ਸੀ ਉਹ ਪਿੰਕ ਝੂਟਿਆ ਕਰਦੇ ਸਨ ਤੇ ਇਹ ਸਾਹਮਣੇ ਸਰੋਵਰ ਹੈ ਸਰੋਵਰ ਦਾ ਇਤਿਹਾਸ ਵੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੁਰਾਣੇ ਤੋਂ ਪੁਰਾਣਾ ਇਤਿਹਾਸ ਦਰਖਤ ਹੈ ਜਿਹੜਾ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਮਿਲੇਗਾ ਸਮੇਂ ਦੇ ਹਿਸਾਬ ਨਾਲ ਭਾਵੇਂ ਬਦਲ ਚੁੱਕਿਆ ਹੈ ਪਰ ਕਿਤਨਾ ਕਿਤੇ ਪੁਰਾਣੇ ਸਮੇਂ ਦੀ ਜਿਹੜੀ ਯਾਦ ਦਿਵਾਉਂਦਾ ਹੈ ਇਹ ਸਾਹਮਣੇ ਸਰੋਵਰ ਦਾ ਇੱਕ ਇਤਿਹਾਸ ਹੈ ਕਿ ਪਿੰਡ ਵਾਸੀਆਂ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਸਰੋਵਰ ਨੂੰ ਪਿਛਲੇ ਸਮੇਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਬੰਦ ਕਰ ਦਿੱਤਾ ਗਿਆ ਤੇ ਇਸ ਏਰੀਆ ਦੇ ਵਿੱਚ ਮੀਂਹ ਪੈਣਾ ਬੰਦ ਹੋ ਗਿਆ ਸੀ ਤੇ ਕਿਸੇ ਸਿਆਣੇ ਮਹਾਪੁਰਸ਼ ਨੇ ਦੱਸਿਆ ਸੀ ਕਿ ਇਸ ਸਰੋਵਰ ਨੂੰ ਦੁਬਾਰਾ ਖੋਲ੍ਹਿਆ ਜਾਵੇ ਤੇ ਇਸ ਦੇ ਵਿੱਚੋਂ ਦੁਬਾਰਾ ਮਿੱਟੀ ਕੱਢੀ ਗਈ ਤੇ ਇਸ ਨੂੰ ਦੁਬਾਰਾ ਮੋਡੀਫਾਈ ਕਰਕੇ ਇੱਕ ਸਰੋਵਰ ਦਾ ਰੂਪ ਦੇ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਮੀਂਹ ਪੈਣੇ ਸਟਾਰਟ ਹੋ ਗਏ ਸਨ ਜਦੋਂ ਇਹਨੂੰ ਬੰਦ ਕਰ ਦਿੱਤਾ ਸੀ ਮੀਂਹ ਪੈਣੇ ਬੰਦ ਹੋ ਗਏ ਸੀ ਤੇ ਜਦੋਂ ਸਟਾਰਟ ਕਰ ਦਿੱਤਾ ਮੀਂਹ ਪੈਣੇ ਸਟਾਰਟ ਹੋ ਗਏ ਸਨ ਤੇ ਅ ਅੱਗੇ ਵੀ ਇਤਿਹਾਸ ਹੈ ਇੱਕ ਅ ਤੁਸੀਂ ਦੇਖ ਸਕਦੇ ਹੋ ਦਰਖਤਾਂ ਨੇ ਜਿਹੜੇ ਪੁਰਾਣੇ ਤੋਂ ਪੁਰਾਣਾ ਦਰਖਤ ਹੈ ਤੇ ਸਾਰੇ ਪੁਰਾਣੇ ਦਰਖਤ ਹੈ ਇਹਨਾਂ ਦੇ ਵਿੱਚੋਂ ਨਵਾਂ ਦਰਖਤ ਕੋਈ ਨਹੀਂ ਹੈਗਾ ਆ ਤੁਸੀਂ ਬੋਰਡ ਦੀ ਛੜ ਦੇਖ ਸਕਦੇ ਹੋ ਕਿੰਨੇ ਸਾਲ ਪੁਰਾਣੀ ਹੋਊਗੀ ਤੇ ਅ ਇਕਨ ਜਿੱਥੇ ਵੀ ਪਾਂਡਵ ਰੇ ਆਪਣੀ ਰਿਹائش ਕਰਦੇ ਸੀ ਜਾਂ ਰਹਾ ਕਰਦੇ ਸੀ ਉਹ ਸਭ ਤੋਂ ਪਹਿਲਾਂ ਉੱਥੇ ਆ ਕੇ ਖੂਪ ਪਟਿਆ ਕਰਦੇ ਸਨ ਤੇ ਇੱਥੇ ਵੀ ਪਾਂਡਵਾਂ ਵੱਲੋਂ ਇੱਕ ਖੂਪ ਪਟਿਆ ਗਿਆ ਸੀ ਉਹ ਖੂਹ ਦੀ ਵੀ ਤੁਹਾਨੂੰ ਦ੍ਰਿਸ਼ ਦਿਖਾਵਾਂਗੇ ਤੇ ਇੱਥੇ ਮਾਤਾ ਦਰੋਪਤਾਂ ਵੀ ਉਹਨਾਂ ਦੇ ਨਾਲ ਰਹੇ ਸੀ ਇੱਕ ਸਾਲ ਲਗਾਤਾਰ ਰਹਿ ਕੇ ਗਏ ਸੀ ਇੱਥੇ ਤੇ ਤੁਸੀਂ ਦੇਖ ਸਕਦੇ ਹੋ ਦਰਖਤ ਦੇਖ ਸਕਦੇ ਹੋ ਕਿੰਨਾ ਪੁਰਾਣਾ ਹੈ ਅ ਵਿੱਚ ਦੀ ਵਿੱਚ ਜੜ੍ਹਾਂ ਬਣ ਕੇ ਅੱਗੇ ਦੀ ਅੱਗੇ ਦਰਖਤ ਬਣ ਕੇ ਅੱਗੇ ਦੀ ਅੱਗੇ ਇੱਕੋ ਹੀ ਬੋੜ ਹੈ ਤੇ ਇੱਕੋ ਹੀ ਬੋੜ ਤੋਂ ਜੜ੍ਹਾਂ ਅੱਗੇ ਦੀ ਅੱਗੇ ਗਈਆਂ ਹੋਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਤੇ ਇੱਕ ਇੱਕ ਦੋ ਬੋੜਾਂ ਤੋਂ ਹੀ ਕਿਵੇਂ ਬੀੜ ਬਣੀ ਹੋਈ ਹੈ ਤੇ ਅੱਗੇ ਵੀ ਆਪਾਂ ਇਤਿਹਾਸ ਦਿਖਾ ਦਿੰਨੇ ਆ ਤੁਹਾਨੂੰ ਪੰਡਵਾ ਵੱਲੋਂ ਖੂਹ ਪੱਟਿਆ ਗਿਆ ਸੀ ਉਹ ਖੂਹ ਵੀ ਦਿਖਾਵਾਂਗੇ ਤੇ ਇੱਥੇ ਇਸ ਜਗ੍ਹਾ ਦੇ ਉੱਤੇ ਬਾਬਾ ਧਿਆਨਦਾਸ ਜੀ ਜਿਹੜੇ ਮਹਾਂਪੁਰਖ ਹਾਉਦੇ ਸੀ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਨੂੰ ਸੰਬੰਧ ਦੇ ਲਈ ਉਹ ਇੱਥੇ ਸੇਵਾ ਕਰਦੇ ਕਰਦੇ ਸ਼ਹੀਦ ਹੋਏ ਜਾਇਆ ਕਰਦੇ ਸਨ ਤੇ ਉਹਨਾਂ ਦੀਆਂ ਜਿਹੜੀਆਂ ਯਾਦਗਾਰਾਂ ਨੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੀਆਂ ਸਮਾਧਾਂ ਬਣੀਆਂ ਹੋਈਆਂ ਨੇ ਵਕਾਇਦਾ ਉੱਤੇ ਨਾਮ ਦੇ ਕੇ 2003 ਤੋਂ ਬਾਬਾ ਦਿਆ ਦਾਸ ਜੀ ਦੀ ਇਸਮਾਦ ਇਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਇੱਕ ਨਾਲ ਹੋਰ ਹੈ ਸੰਤ ਅਮਰ ਪਰਸਰਾਮ ਪਰਸਰਾਮ ਇਹ 1996 ਦੀ ਹੈ ਤਨ 9 1996 ਇਹ ਉਹਨਾਂ ਮਹਾਪੁਰਸ਼ਾਂ ਦੀਆਂ ਸਮਾਧਾਂ ਨੇ ਜਿੱਥੇ ਮਹਾਪੁਰਸ਼ ਉਹਦੇ ਸਨ ਇੱਥੇ ਤੇ ਇੱਥੇ ਸੇਵਾ ਕਰਦ ਕਰਦੇ ਸ਼ਹੀਦ ਹੋ ਜਾਇਆ ਕਰਦੇ ਸਨ ਤੇ ਉੱਥੇ ਉਹਨਾਂ ਦੀ ਸਮਾਧ ਬਣਾਈ ਜਾਂਦੀ ਸੀ ਤੇ ਇਹ ਸਮਾਧ ਹੈਗੀ ਹੈ ਮਾਤਾ ਦਰੋਪਤਾ ਤੇ ਕੈਰਵ ਪੰਡਵ ਅਹਨਾ ਪੰਡਵਾ ਦੀ ਪੰਡਵਾ ਦੀਆਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੁੱਝੀਆਂ ਲੱਗੀਆਂ ਹੋਈਆਂ 1 2 3 4 5 6 ਵੀ 6 ਬੰਦੇ ਆਏ ਸੀ ਇੱਥੇ ਛੇਵਾਂ ਦੀਆਂ ਉਹ ਸਾਹਮਣੇ ਸਮਾਧ ਤੇ ਉੱਤੇ ਉਹ ਲੱਗੀਆਂ ਹੋਈਆਂ ਨੇ ਤੇ ਉਹਨਾਂ ਦੀ ਯਾਦ ਨੂੰ ਮਨਨ ਕਿ ਚਲੋ ਤਾਜ਼ਾ ਵਿਕਰਨ ਦੇ ਲਈ ਉਹ ਇੱਥੇ ਜਗਾ ਬਣਾਈ ਗਈ ਹੈ ਤੇ ਸਾਹਮਣੇ ਤੁਹਾਨੂੰ ਖੂਦ ਆ ਵੀ ਦ੍ਰਿਸ਼ ਦਿਖਾ ਦਿੰਨੇ ਆ ਵੀ ਖੂ ਜਿਹੜਾ ਪੰਡਵਾ ਵੱਲੋਂ ਪੱਟਿਆ ਗਿਆ ਸੀ ਉਹ ਖੂ ਵੀ ਦਿਖਾ ਦਿੰਨੇ ਆ ਤੇ ਸਾਹਮਣੇ ਤੁਸੀਂ ਦਰਖਤ ਦੇਖ ਸਕਦੇ ਹੋ ਇਸ ਜਿਹੜੀ ਪਿੰਡ ਵਾਸੀਆਂ ਵੱਲੋਂ ਦੱਸਿਆ ਜਾਂਦਾ ਕਿ ਪਹਿਲਾਂ ਇਹ ਛਿੜੀ ਹੋਇਆ ਕਰਦੀ ਸੀ ਇਹ ਇੱਕ ਛਿੜੀ ਹੋਇਆ ਕਰਦੀ ਸੀ ਤੇ ਇੱਥੇ ਜਾਨਵਰ ਬਹੁਤ ਜ਼ਿਆਦਾ ਰਹਿੰਦੇ ਸੀ ਤੇ ਇਥੇ ਪ੍ਰਾਣਾ ਦਰਖਤ ਤੁਹਾਨੂੰ ਅਸੀਂ ਬਣ ਦਾ ਦਰਖਤ ਵੀ ਦਿਖਾਵਾਂਗੇ ਤੁਹਾਨੂੰ ਅਸੀਂ ਪਤਾ ਨਹੀਂ ਕਿਹੜੇ-ਕਿਹੜੇ ਸਨ ਤਾਂ ਅਸੀਂ ਨਾਮ ਵੀ ਨਹੀਂ ਜਾਣਦੇ ਉਹ ਦਰਖਤ ਨੇ ਉਹ ਵੀ ਦਰਖਤ ਦਿਖਾਵਾਂਗੇ ਤੇ ਅੱਗੇ ਆਪਾਂ ਖੂਹ ਦਿਖਾ ਦਿੰਨੇ ਆ ਕਿ ਖੂਹ ਕਿੰਨਾ ਡੂੰਘਾ ਖੂਹ ਇਥੇ ਪੱਟਿਆ ਗਿਆ ਸੀ ਤੇ ਉਸ ਉਸ ਸਮਿਆਂ ਦੇ ਵਿੱਚ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਸੀ ਕਿਉਂਕਿ ਉਹਦੇ ਉਸ ਸਮੇਂ ਦੇ ਵਿੱਚ ਨਲਕਾ ਨੜਕੇ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਆਪਾਂ ਦਿਖਾ ਸਕਦੇ ਹਾਂ ਸਾਹਮਣੇ ਜਿਹੜਾ ਖੂਹ ਹੈ ਖੂਹ ਦੇ ਵਿੱਚ ਹ ਸਮੇਂ ਦੇ ਹਿਸਾਬ ਨਾਲ ਉੱਤੇ ਜਾਲ ਲਾ ਦਿੱਤਾ ਗਿਆ ਕਿਉਂਕਿ ਕੋਈ ਦੁਰਘਟਨਾ ਨਾ ਹੋਵੇ ਕੋਈ ਵਿੱਚ ਇਸ ਤੇ ਡਿੱਗਣਾ ਪਵੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੁਰਾਣੀਆਂ ਇੱਟਾਂ ਲਗੀਆਂ ਹੋਈਆਂ ਨੇ ਖੂਹ ਦੇ ਵਿੱਚ ਸਾਰੀਆਂ ਪੁਰਾਣੀਆਂ ਇੱਟਾਂ ਨੇ ਤੇ ਸਮੇਂ ਦੇ ਹਿਸਾਬ ਨਾਲ ਮੋਡੀਫਾਈ ਹੋ ਚੁੱਕਿਆ ਪਰ ਇਹ ਖੂਹ ਇਹ ਪ੍ਰਾਤਨ ਹੈ ਇਹ ਕੈਰਵ ਫੰਡ ਵੇਲੇ ਹੀ ਪਟਿਆ ਗਿਆ ਸੀ ਤੇ ਉਹਨਾਂ ਵੱਲੋਂ ਜਿੱਥੇ ਵੀ ਰਿਹਾ ਜਾਂਦਾ ਸੀ ਤੇ ਉਹ ਖੂਪ اٹਲਦਾ ਜਾਂਦਾ ਸੀ ਕਿਉਂਕਿ ਪਾਣੀ ਦਾ ਇਸਤੇਮਾਲ ਕਰਨਾ ਪੈਂਦਾ ਸੀ ਇਹ ਸਮਰਾਟ ਰਾਜੇ ਦੀ ਨਗਰੀ ਮੰਨੀ ਜਾਂਦੀ ਸੀ ਕਿਉਂਕਿ ਉਹਨਾਂ ਦੀ ਸ਼ਹਿ ਸ਼ਾਇਆ ਦੇ ਵਿੱਚ ਪੰਡਵ ਰਹਿੰਦੇ ਸੀ ਤੇ ਅੱਗੇ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਮਾਤਾ ਦਰੋਪਤਨ ਆਇਆ ਕਰਦੇ ਸਨ ਉਹ ਸਾਹਮਣੇ ਦੇਖ ਸਕਦੇ ਤੁਸੀਂ ਜਗਾ ਦਿਖਾਉਣ ਦਾ ਮਕਸਦ ਆ ਹੀ ਹੈ ਕਿ ਕਹਿਣਗੇ ਕਿ ਨਹਾਉਣ ਵਾਲੀ ਦਿਖਾ ਥਾਂ ਦਿਖਾਉਣ ਦੀ ਕੀ ਲੋੜ ਹੈ ਦਿਖਾਉਣ ਦਾ ਹੁਣ ਇੱਥੇ ਕੁਝ ਨਹੀਂ ਹੈਗਾ ਇਸ ਇਸ ਤਰ੍ਹਾਂ ਦਾ ਉਸ ਸਮੇਂ ਦੇ ਵਿੱਚ ਜਦੋਂ ਮਾਤਾ ਦਰੋਪਤਾਂ ਇੱਥੇ ਨਹਾਇਆ ਕਰਦੇ ਸਨ ਉਹ ਕੁੰਡ ਹੈ ਇਹ ਮਾਤਾ ਦਰੋਪਤਾਂ ਦਾ ਇਸ ਜਗ੍ਹਾ ਦੇ ਉੱਤੇ ਮਾਤਾ ਦਰੋਪਤਾਂ ਜਿਹੜੀ ਨਹਾਇਆ ਕਰਦੇ ਸਨ ਤੇ ਦਿਖਾਉਣ ਦਾ ਮਕਸਦ ਆਹੀ ਹੈ ਬਸ ਵੀ ਜਿਹੜੀ ਯਾਦਗਾਰ ਹੈ ਯਾਦਗਾਰ ਨੂੰ ਦਿਖਾਇਆ ਜਾਵੇ ਤੇ ਇਹ ਆਪਣਾ ਫਰਜ਼ ਵੀ ਬਣਦਾ ਆਪਣਾ ਦਿਖਾਈਏ ਤੇ ਇਹ ਸਮੇਂ ਦੇ ਹਿਸਾਬ ਨਾਲ ਇਹ ਵੀ ਮੋਡੀਫਾਈ ਕਰ ਦਿੱਤਾ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਚਾਰ ਦੀਵਾਰੀ ਹੋ ਗਈ ਹੈ ਤੇ ਇਸ ਜਗ੍ਹਾ ਦੇ ਉੱਤੇ ਹੀ ਮਾਤਾ ਦਰੋਪਤਾਂ ਨਹਾਇਆ ਕਰਦੇ ਸਨ ਤੇ ਅੱਗੇ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਜਿੱਥੇ ਮਾਤਾ ਦਰੋਪਤਾਂ ਲੁੱਕੇ ਰਿਹਾ ਕਰਦੇ ਸਨ ਲੋਕ ਛਿਪ ਕੇ ਰਿਹਾ ਕਰਦੇ ਸਨ ਕਿਉਂਕਿ ਉਹ ਕਿਸੇ ਦੀ ਨਜ਼ਰ ਨਾ ਆ ਜਾਣ ਉਹ ਪੰਜੇ ਭਾਈ ਪੰਡਵ ਪੰਜੇ ਭਾਈ ਇੱਥੇ ਲੁੱਕੇ ਰਿਹਾ ਕਰਦੇ ਸਨ ਤੇ ਜਿਹੜੀ ਮਾਤਾ ਦਰੋਪਤਾਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਥਾਂ ਜਗਾ ਜਿਹੜੀ ਹੈ ਉੱਥੇ ਲੋਕ ਕੇ ਰਹਾ ਕਰਦੇ ਸਨ ਉਸ ਦਰਖਤ ਦੇ ਵਿੱਚ ਰਹਾ ਕਰਦੇ ਸਨ ਜਿਸ ਦਰਖਤ ਦੇ ਵਿੱਚੋਂ ਸੂਰਜ ਦੀ ਕਿਰਨ ਨਹੀਂ ਪੈਂਦੀ ਸੀ ਤੇ ਇਸ ਪੂਰੇ ਇਹ ਜੰਗਲ ਦਾ ਦ੍ਰਿਸ਼ ਸੀਗਾ ਸਮੇਂ ਦੇ ਹਿਸਾਬ ਨਾਲ ਇੱਥੋਂ ਦਰਖਤ ਪੱਟੇ ਗਏ ਕੁਝ ਸੁੱਕ ਗਏ ਕੁਝ ਹੋ ਜਾਂਦਾ ਤੇ ਉਹ ਵੀ ਜਗਾ ਤੁਹਾਨੂੰ ਦਿਖਾਵਾਂਗੇ ਮਾਤਾ ਦਰੋਪਤਾ ਦੀ ਉੱਥੇ ਵੀ ਇੱਕ ਯਾਦਗਾਰ ਬਣੀ ਹੋਈ ਹੈ ਜਿੱਥੇ ਮਾਤਾ ਦਰੋਪਤਾ ਰਹਾ ਕਰਦੇ ਸਨ ਨਾਲ ਪਿੰਡ ਵਾਸੀ ਨੇ ਉਹਨਾਂ ਤੋਂ ਪੁੱਛਾਂਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਸ੍ਰੀਕਾਲ ਬਾਪੂ ਜੀ ਪਾਪੂ ਜੀ ਕੀ ਨਾਮ ਹੈ ਕਰਪਾਲ ਹੈਂਗਾ ਬਾਪੂ ਜੀ ਇਸ ਜਗ੍ਹਾ ਦਾ ਇਤਿਹਾਸ ਜਿੰਨਾ ਕ ਜਾਣਦੇ ਹੋ ਉਹਨਾਂ ਕ ਦੱਸ ਦੋ ਇੱਥੇ ਪਹਿਲਾਂ ਭੀਮਸੈਨ ਵਰਗੇ ਆਏ ਤੇ ਭੀਮਸੈਨ ਵਰਗੇ ਨੇ ਇੱਥੇ ਇੱਥੇ ਕਿਤੇ ਉਦੋਂ ਬਾਅਦ ਦਸਾਂਟਾ ਕੱਟ ਕੇ ਉਥੋਂ 12 ਸਾਲ ਕੱਟ ਕੇ ਫਿਰ 13ਵਾਂ ਸਾਲ ਗੁਪਤਾ ਜਿਹੜਾ ਇੱਥੇ ਕੱਟਿਆ ਉਹਨਾਂ ਨੇ ਅੱਛਾ ਜੀ ਤੇ ਉੱਥੇ ਉਦੋਂ ਬਾਅਦ ਫਿਰ ਇਹਨਾਂ ਨੇ ਇੱਥੇ ਰਾਜੇ ਬਰਾੜ ਦੀ ਕੱਟੇ 12 ਸਾਲ ਜਿਹੜੇ ਕੱਟੇ ਨੇ ਜੀ ਹਾਂ ਤੇ ਫਿਰ ਇੱਥੇ ਆ ਕੇ ਇੱਥੇ ਉਦੋਂ ਬਾਅਦ 13ਵਾਂ ਸਾਲ ਗੁਪਤ ਕੱਟ ਕੇ ਫਿਰ ਮਦਲ ਇਥੋਂ ਹੋ ਗਏ ਨੇ ਜੀ ਇਹ ਪਹਿਲਾਂ ਆ ਕੇ ਸਾਰਾ ਕੁਝ ਇੱਥੇ ਨੇ ਉਹਨਾਂ ਆ ਖੂਹੀ ਖਾਈ ਦੱਸਦੇ ਵੀ ਉਹਨਾਂ ਦੀ ਖੂਹੀ ਲਾਉਂਦੇ ଥି ਵੀ ਪਹਿਲਾਂ ਆਪਾਂ ਨੂੰ ਤਾਂ ਵੀ ਪਤਾ ਹੈਗਾ ਵੀ ਉਹ ਜਿੱਥੇ ਜਾਂਦੇ ਤੇ ਪਹਿਲਾਂ ਖੂਹੀ ਲਾਉਂਦੇ ਤੇਗੇ ਜੀ ਹਾਂ ਇਹ ਖੂਹੀ ਖਾਈ ਉਹਨਾਂ ਹੀ ਲਈ ਹੈ ਜਗਾ ਵੀ ਉੱਥੇ ਬਣਾਈ ਹੋਈ ਸੀ ਤੇ ਬਾਬਾ ਸ੍ਰੀ ਜੰਨ ਦੇ ਪੁੱਤਰ ਇੱਥੇ ਆ ਕੇ ਗਏ ਨੇ ਤੇ ਅਤਰ ਸਿੰਘ ਵੀ ਇੱਥੇ ਆ ਕੇ ਗਏ ਨੇ ਆਪਣਾ ਉਹ ਛੋਲੇ ਇਹ ਆ ਕੇ ਗਏ ਨੇ ਸਾਰੇ ਇੱਥੇ ਇਹ ਹੈ ਬਣਵਾ ਸੀ ਪਹਿਲਾਂ ਦੀ ਅੱਛਾ ਜੀ ਹਾਂ ਕੋਈ ਇੱਥੇ ਉਹ ਨਹੀਂ ਵੀ ਕਿਸੇ ਦੇ ਆਉਂਦੇ ਨਾ ਇੱਥੇ ਕੋਈ ਜੇ ਕੋਈ ਜਾਨਵਰ ਵੀ ਐ ਸੱਪ ਉਹ ਕੋਈ ਇੱਥੇ ਨੁਕਸਾਨ ਨਹੀਂ ਕਿਸੇ ਦਾ ਕਰਦਾ। ਅੱਛਾ। ਹਾਂ ਛੋਟੀ ਨੇ ਚੱਕ ਕੇ ਪਰਾਂ ਛੱਡਿਆ ਨੇ ਕੋਈ। ਕਾਲਜ ਇਹ ਕਿਹਾ ਜੀ ਸਭ ਬਹੁਤ ਸੱਪ ਨੇ ਇੱਥੇ। ਠੀਕ ਹੈ ਜੀ। ਹਾਂ ਕੋਈ ਉਹ ਨੁਕਸਾਨ ਵਾਲੀ ਗੱਲੀ। ਤਾਕਤ ਤੇ ਕੋਈ ਸ਼ਕਤੀ ਵਾਲੇ ਪਹਿਲਾਂ ਤੇ ਕੋਈ ਸ਼ਕਤੀ ਵਾਲੀ ਜਗ੍ਹਾ ਹੈ। ਹੂੰ। ਠੀਕ ਬਾਬੂ ਜੀ ਇਹ ਜਿਹੜਾ ਸਰੋਵਰ ਦਾ ਇਤਿਹਾਸ ਕੀ ਸੀਗਾ ਸਰੋਵਰ ਦਾ ਇਤਿਹਾਸ ਦੱਸੋਗੇ? ਸਰੋਵਰ ਦਾ ਦਾਦਾ ਜੀ ਪਹਿਲਾਂ ਇਹ ਦਾਦੇ ਦੇ ਬਜ਼ੁਰਗ ਵੀ ਇਹ ਮਤਲਬ ਛੱਪੜੀ ਸੀਗਾ। ਹੂੰ। 66 ਸੀਗਾ ਉਸ ਤੋਂ ਬਾਅਦ ਇੱਕ ਸੰਤ ਆਇਆ ਦਿਆਲਦਾਸ ਆ ਉਹ ਰਹੇ ਕੋਚਰ ਉਹਨੇ ਇੱਥੇ ਆਵਾ ਪਾਇਆ ਇਧਰਲੇ ਪਾਸੇ ਆਵਾ ਪਾ ਕੇ ਉਹਨੇ ਫਿਰ ਇਹਨੂੰ ਇਹਦੀਆਂ ਪੌੜੀਆਂ ਬਣਾ ਕੇ ਉਹਨੇ ਤਲਾਬ ਬਣਾ ਗਿਆ ਮਤਲਬ ਉਦੋਂ ਲਪਾਈ ਲਪੂਈ ਨਾ ਹੋਈ ਪੌੜੀਆਂ ਦੀ ਉਸ ਤੋਂ ਬਾਅਦ ਕਿਰਾਂ ਬਾਅਦ ਫੇਰ ਆਇਆ ਮੁੜ ਕੇ ਫਿਰ ਉਹਨੇ ਪਹਿਲਾਂ ਝੋਟਾ ਜਿਹਾ ਚੂਨਾ ਪੀ ਕੇ ਫਿਰ ਇਹਦੀ ਲਪਾਈ ਕਰ ਗਿਆ ਉਹ ਫੇਰ ਚੱਲਿਆ ਗਿਆ ਫਿਰ ਉਸ ਤੋਂ ਬਾਅਦ ਮਤਲਬ ਮਰਨ ਵੇਲੇ ਫੇਰ ਇੱਥੇ ਆ ਗਿਆ ਇੱਥੇ ਵੀ ਮੋਤੋ ਹੀ ਇੱਥੇ ਸੰਤ ਹੈ ਇੱਥੇ ਸਮਾਦੋਸ਼ੇ ਦੀ ਆ ਪੱਲੇ ਪੱਲੇ ਤੇ ਇਹ ਜਿਹੜੀ ਆ ਜਗਾਜਗਾ ਬਣਾਈ ਹੈ ਇਹ ਆ ਸੰਤ ਦੇ ਪਾਲੀ ਰਾਮ ਸੇਠ ਸੀਗਾ ਜੀ ਉਹਨੇ ਮਸ ਲਈ ਇਹ ਜਗਾਜਗਾ ਉਹਨੇ ਬਣਾਈਆਂ ਨੇ ਉਦੋਂ ਬਾਅਦ ਹਾਂ ਤੇ ਇੱਕ ਨਾ ਇਹ ਜਿਹੜਾ ਸਰੋਵਰ ਦਾ ਇਤਿਹਾਸ ਸੀਗਾ ਕਹਿੰਦਾ ਪਹਿਲਾਂ ਇਹਨੂੰ ਬੰਦ ਕਰ ਦਿੱਤਾ ਗਿਆ ਸੀ ਇਹ ਬੰਦ ਕਰਿਆ ਸੀ ਹਾਂ ਜੇ ਸੰਤ ਦਲੇਸ਼ ਸਿੰਘ ਆਏ ਸੀਗੇ ਉਹਨਾਂ ਦਾ ਕੋਈ ਉਹ ਆ ਉਹਨਾਂ ਨੇ ਇਹਨੂੰ ਲੋਕਾਂ ਦੀ ਹਵਾ ਬਣ ਗਈ ਹੋ ਆਵਣੀ ਦੀ ਪੱਟਾਂਗੇ ਪੱਟਾਂਗੇ ਕੁਝ ਬੰਦੇ ਇਹਨੂੰ ਬੰਦ ਕਰਾਉਣ ਚ ਵੀ ਨਾ ਪੱਟਣ ਜੇ ਹੀ ਰਹਿ ਜੇ ਚਲ ਕੋਸਿਆਂ ਨੇ ਬੰਦੇ ਕਹਿੰਦੇ ਵੀ ਜੇ ਆਪਾਂ ਹੁਣ ਜਾ ਕੇ ਉੱਥੇ ਰੌਲਾ ਪਾਵਾਂਗੇ ਉੱਥੇ ਲੜਾਈ ਹੋਊਗੀ ਜੇ ਆਪਣਾ ਬੰਦਾ ਮਰ ਗਿਆ ਤਾਂ ਵੀ ਉਹਨੂੰ ਮੜੀ ਗੱਲ ਉਹਨਾਂ ਦਾ ਮਰ ਗਿਆ ਤਾਂ ਵੀ ਕੋਈ ਗੱਲ ਹੈ ਚਲ ਪੱਟ ਗਏ ਜੀ ਇਹਨੂੰ ਪੱਟ ਕੇ ਫਿਰ ਬੰਦ ਕਰਕੇ ਇੱਕੇ ਫੇਰ ਸਾਲ ਹੀ ਰਹਾ ਸਾਲ ਚ ਦੁਬਾਰੇ ਫੇਰ ਬਣ ਗਿਆ ਮਤਲਬ ਮੀਂਹ ਪਏ ਨਹੀਂ ਇੱਥੇ ਅੱਛਾ ਇਸ ਏਰੀਏ ਦੇ ਵਿੱਚ ਮੀਂਹ ਪੈਣੇ ਬੰਦ ਹੋ ਗਏ ਸੀ ਤੇ ਜਦੋਂ ਦੁਬਾਰਾ ਖੋਲਤਾ ਸੀ ਫਿਰ ਪੈਣ ਲੱਗ ਗਈ ਹਾਂ ਪੈਣ ਲੱਗ ਗਈ ਹੁਣ ਇਹ ਆਏ ਸਾਲ ਇੱਥੇ ਹੁਣ ਹੁਣ ਇਦੂ ਬਾਦ ਸਮਝ ਲਾ ਜੱਗ ਕਰਨਗੇ ਚੌਲਾ ਚੱਲਦਾ ਇੱਥੇ ਅਚਾਂ ਰੋਟੀ ਦਾ ਚੱਲਦਾ ਹੀ ਆ ਹਰ ਵਕਤ ਇਸ ਰੋਟੀ ਕੋਈ ਬੰਦਾ ਆਵੇ ਰਾਹੀ ਯਾਹੀ ਸਭ ਕਿਤੇ ਚੱਕ ਕੇ ਜਾਂਦੇ ਰੋਟੀਆਂ ਹਾਂ ਤੇ ਇੱਕ ਇੱਕ ਜਿਹੜਾ ਖੂਪ ਪਟਿਆ ਗਿਆ ਇਹ ਵੀ ਸਚਾਈ ਹੈ ਕਿ ਪੁਰਾਣੇ ਸਮੇਂ ਦਾ ਹੀ ਹੈ ਵੀ ਕੇਰਮ ਪੰਡ ਪੰਡਵਾ ਦਾ ਹੀ ਹੈ ਪੰਡਵਾ ਦੇ ਵੇਲੇ ਦੀ ਹੈ ਪਹਿਲਾਂ ਦੀ ਹੈ ਇਹ ਹੈ ਛੁੜੀ ਛੁਟੀ ਇੱਟ ਦਾ ਪਤਾ ਕਿਸੇ ਨੂੰ ਨਹੀਂ ਦਾ ਹੈਗਾ ਹਾਂ ਤੇ ਪਹਿਲਾਂ ਮੇਲੇ ਵੇਲੇ ਦੇ ਵਿੱਚ ਹਲਤੀ ਹਿੱਤੀ ਹੁੰਦੀ। ਹਲਤੀ ਪਈ ਉਹ ਟੰਡਾ ਵਾਲੀ ਉਠ ਜੋੜਿਆ ਹੁੰਦਾ ਮੇਲੇ ਨੂੰ ਉਹ ਭਰ ਦੇ ਪਾਣੀ ਪੂਣੀ ਪੀਂਦੇ ਲੋਕ। ਪਾਣੀ ਇਹ ਖਾਰਾ ਸੀ ਹੁਣ ਪਹਿਲਾਂ ਹੁਣ ਪਾਣੀ ਵਧੀਆ ਪਹਿਲਾਂ ਖਾਰੇ ਸੀ। ਅੱਛਾ ਜੀ। ਹਾਂ ਜੀ। ਤੇ ਇੱਕ ਹੁਣ ਇਸ ਜਗ੍ਹਾ ਨੂੰ ਕੌਣ ਸੰਭਾਲ ਰਿਹਾ ਪਿੰਡ ਵਾਸੀ ਜਾਂ ਸਰਕਾਰ ਦੇ ਵੱਲੋਂ? ਉਹਦਾ ਪਿੰਡ ਵਾਸੀ ਪੰਚਾਇਤ ਹੈ ਪੰਚਾਇਤ ਦੇ ਹਾਂ ਪੰਚਾਇਤੀ ਹਾਂ ਉਹ ਕੋਈ ਆ ਕੇ ਪੰਚਾਇਤ ਕੋਈ ਆ ਜੇ ਪੰਚਾਇਤ ਆਂਦੀ ਹੈ ਹੁਣ ਕਾਲੀਆਂ ਇਹਨਾਂ ਦੀ ਪੰਚਾਇਤ ਕਾਮਰੇਡਾਂ ਦੀ ਹੈ। ਦੋ ਪਲਾਨ ਦੀ ਉਹੀ ਹਿਸਾਬ ਦੇ ਨੇ ਆ ਦਲਵਾਰ ਸਾਹਿਬ ਆ ਸਾਰਾ ਕਾਰੋਬਾਰ ਉਹਨਾਂ ਹੀ ਆਪਸੀ ਆ ਹੂੰ ਇੱਥੇ ਉਹੀ ਹਿਸਾਬ ਦੇ ਨੇ ਪੰਚਾਇਤ ਵਾਲੇ ਹੋਰ ਕੋਈ ਕਿਸੇ ਦਾ ਨਹੀਂ ਜੀ ਤੇ ਇੱਕ ਬਾਬਾ ਸ੍ਰੀ ਚੰਦ ਜੀ ਦਾ ਇਤਿਹਾਸ ਹੈ ਉਹ ਵੀ ਇੱਥੇ ਮੰਨ ਕੇ ਚਲੋ ਆ ਕੇ ਗਏ ਸੀਗੇ ਉਹਨਾਂ ਦੀ ਜਿਹੜੀ ਮੂਰਤ ਉਹ ਵੀ ਪਿੰਡ ਵਾਸੀਆਂ ਨੇ ਲਾਈ ਹੋਈ ਆ ਹਨਾ ਉਹਦਾ ਇਤਿਹਾਸ ਕੀ ਆ ਜੀ ਉਹਦਾ ਤਾਂ ਉਹ ਪਹਿਲਾਂ ਵੀ ਇੱਥੇ ਆ ਕੇ ਗਏ ਨੇ ਰਹਿ ਕੇ ਗਏ ਨੇ ਪਹਿਲਾਂ ਉਹ ਉਹਦਾ ਤਾਂ ਉਸ ਤੋਂ ਬਾਅਦ ਫਿਰ ਇੱਥੇ ਉਹਦੀ ਛੋਟੀ ਮੂਰਤੀ ਜੀ ਪਹਿਲਾਂ ਉਹਦਾ ਹੱਥੋਂ ਵੀ ਆਈ ਗਈ ਸੀ ਉਸ ਤੋਂ ਬਾਅਦ ਇਹ ਹੁਣ ਫਿਰ ਵੱਡੀ ਉਹ ਤੋਂ ਬਾਅਦ ਲਾਈ ਏ ਸੇਠ ਨੇ ਪੈਸੇ ਦਿੱਤੇ ਤੇ ਕਿਨੇ ਉਹਦੋਂ ਫਿਰ ਇਹ ਵੱਡੀ ਲਿਆ ਕੇ ਲਾਈ ਆ ਉਹਨਾਂ ਦੀ ਲਾਈ ਹੋਈ ਏ ਇਹ ਮੋਟੇ ਤੇ ਕਿ ਮਾਤਾ ਦਰੋਪਤਾ ਦਾ ਇੱਥੇ ਜਿਹੜਾ ਸਥਾਨ ਹੈ ਹਨਾ ਜਗ੍ਹਾ ਬਣਾਈ ਹੋਈ ਏ ਮਾਤਾ ਦਰੋਪਤਾ ਦੀ ਤੇ ਉੱਥੇ ਦੱਸਿਆ ਜਾਂਦਾ ਕਿ ਜਿਹੜਾ ਦਰਖਤ ਸੀ ਜਿੱਥੇ ਮਾਤਾ ਦਰੋਪਤਾ ਲੁਕੇ ਰਿਹਾ ਕਰਦੀ ਸੀ ਉਸ ਦੇ ਵਿੱਚ ਸੂਰਜ ਦੀ ਕਿਰਨ ਨਹੀਂ ਪੈਂਦੀ ਸੀ ਕੋਈ ਹੀਸਾ ਜੀ ਉਹ ਦਰਖਤ ਹੀਸਾ ਦਰਖਤ ਖੜਾ ਹਲੇ ਵੀ ਹੈਗਾ ਪੱਟਿਆ ਨਹੀਂ ਕਿਸੇ ਨੇ ਕੋ ਸਮੇਂ ਦੇ ਸਾਵਨ ਨਾਲ ਕੁਛ ਨਾ ਕੁਛ ਦਰਖਤ ਇਥੋਂ ਗਾਇਬ ਹੋ ਗਏ ਹਨ ਜਾਂ ਸੁੱਕ ਗਏ ਜਾਂ ਕਿਵੇਂ ਲਾ ਲੋਗੇ ਜੋ ਓਮਰ ਖਾ ਕੇ ਬਣ ਸੁੱਕ ਗਏ ਕੁਛ ਬਣ ਨਵੇਂ ਵੀ ਤਿਆਰ ਹੋਈ ਜਾਂਦੇ ਨੇ ਹੁਣ ਸੰਭਾਲਦੇ ਆ ਉਸ ਨਾਲ ਪਹਿਲਾਂ ਬਾਲ ਮੂਲ ਵਾਲੇ ਹੋਗਾ ਤੇ ਹੁਣ ਨਵੇਂ ਦਰ ਬਣ ਬਹਿਗੇ ਨੇ 5 10 20 ਵਿੱਚ ਲੱਗੇ ਹੋਏ ਤੇ ਜਿਹੜਾ ਇੱਥੇ ਮੰਨ ਕੇ ਚਲੋ ਆਏ ਸਾਲ ਜਾਂ ਕੋਈ ਮੇਲਾ ਲੱਗਦਾ ਜਾਂ ਕੋਈ ਮੇਲਾ ਲੱਗਦਾ ਜੀ ਇੱਥੇ ਆਏ ਸਾਲ ਕਦੋਂ ਜੀ ਹਾਂ ਕੇ ਦਾ ਮੇਲਾ ਲੱਗਦਾ ਜੀ ਅੱਛਾ ਜੀ ਹਾਂ ਜੀ ਤੇ ਨੀਦਰ ਨੀਦੇ ਖੇਡਾ ਖੁੱਡਾ ਵੀ ਹੁੰਦੀਆਂ ਨੇ ਕਿ ਵਧੀਆ ਤੇ ਵਧੀਆ ਹੋਵੇ ਮੇਲਾ ਭਰਦਾ ਪੂਰਾ ਅੱਛਾ ਇਕੱਠ ਕਿੰਨਾ ਕੁ ਹੋ ਜਾਂਦਾ ਜੀ ਇੱਥੇ ਪੂਰਾ ਇਕੱਠ ਹੁੰਦਾ ਜੀ ਪੂਰਾ ਇਕੱਠ ਹੋ ਜਾਂਦਾ ਬਹੁਤ ਜ਼ਿਆਦਾ ਇਕੱਠ ਹੁੰਦਾ ਠੀਕ ਹੈ ਹਾਂ ਸੋ ਦੋਸਤੋ ਇਸੀ ਸਾਡੇ ਨਾਲ ਪਿੰਡ ਵਾਸੀ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਪਿੰਗ ਪਲਾੜਾ ਸਾਹਿਬ ਦਾ ਇਤਿਹਾਸ ਹੈ ਪਿੰਗ ਪਲਾੜਾ ਸਾਹਿਬ ਕਿਉਂ ਕਿਹਾ ਜਾਂਦਾ ਹੈ ਵੀ ਅੰਕਲ ਤੋਂ ਪੁੱਛਿਆ ਪਿੰਗ ਪਲਾੜਾ ਕਿਉਂ ਕਿਹਾ ਜਾਂਦਾ ਸੀ ਇਸ ਨੂੰ ਜੀ ਇਹ ਜੀ ਪੀਲ ਪਲਾੜਾ ਬਸ ਪੀ ਇੱਥੇ ਇਹ ਦੱਸ ਦੇਤੇ ਪਹਿਲਾਂ ਤਾਂ ਵੀ ਦੱਸ ਦੇ ਵੀ ਇਹਨਾਂ ਨੇ ਪੀਰ ਪਲਾ ਪਿੰਗਾ ਪੁੰਗਾ ਭਾ ਕੇ ਝੁੱਟੇ ਨਹੀਂ ਇਸ ਹਿਸਾਬ ਨਾਲ ਇਹ ਉਟੜੇ ਪੀਰ ਪਲਾਈ ਕਹਿੰਦੇ ਨੇ ਪਹਿਲਾਂ ਤੋਂ ਵੱਧਲੇ ਸੀ ਹਾਂ ਇਸ ਕਰਕੇ ਆ ਭੀਮਸੇਨ ਵਰਗੇ ਉਸ ਪੀਰ ਬੜਾ ਹੀ ਨੌਤਰਿਆ ਹੋਇਆ ਦਾ ਪੱਲਮ ਸਰ ਵੀ ਆ ਮਗਰ ਪੱਲਮ ਸਰ ਕਹਿਣ ਲੱਗੇ ਤੇਗੇ ਹੂੰ ਪਹਿਲਾਂ ਭੀਮਸੇਨ ਇਹੀ ਕਹਿੰਦੇ ਤੇ ਬਸ ਲੜਾ ਸਾਹਿਬ ਜੰਗਲ ਸੀ ਇੱਥੇ ਇਸ ਜਗ੍ਹਾ ਦੇ ਉੱਤੇ ਪੂਰਾ ਐਵੇਂ ਜਿਵੇਂ ਇਹੀ ਜਿਆਦਾ ਬੋੜ ਬਾੜਤਾ ਹੀ ਐਵੇਂ ਜਿ ਪਹਿਲਾਂ ਦੀ ਨੇ ਬਜ਼ੁਰਗ ਵੀ ਕਹਿੰਦੇ ਆ ਤਿੰਨ ਦੋ ਬੜਾ ਦਾ ਸਾਨੂੰ ਪਤਾ ਨਹੀਂ ਪਹਿਲਾਂ ਦੀ ਨੇ ਆ ਬਣਾਂ ਦਾ ਕੋਈ ਪਤਾ ਨਹੀਂ ਸਾਨੂੰ ਬਣ ਬਸਰੇ ਨੇ ਬਣ ਵਿੱਚ ਕੁਝ ਸੁੱਕ ਗਏ ਬਣ ਬਣ ਬਾਲਾ ਪਾਣੀ ਭਾਲਦਾ ਨਹੀਂ ਪਾਣੀ ਨਾ ਕਰਕੇ ਸੁੱਕ ਗਏ ਜੀ ਹਮ ਅ ਦੋਸਤੋ ਇਹ ਅਜਿਹਿਆਂ ਜਗਾਣੂ ਇਹ ਅਜਿਹਿਆਂ ਸੰਸਥਾਵਾਂ ਨੂੰ ਸੰਭਾਲ ਸੰਭਾਲਣਾ ਚਾਹੀਦਾ ਜੇ ਇਹ ਹੀ ਜਗਾ ਵੀ ਕਿਥੇ ਜੇ ਹੋਰ ਹੁੰਦੀ ਇਹ ਮਨ ਕੇ ਚਲੋ ਹਰ ਦੁਬਾਰ ਜਾਂ ਕੁਰੂਕਰੇਤਰ ਕੰਨੀ ਹੁੰਦੀ ਤਾਂ ਇਸ ਜਗ੍ਹਾ ਦਾ ਨਜ਼ਾਰਾ ਕੁਝ ਹੋਰ ਹੋਣਾ ਸੀਗਾ ਦੇਖਣ ਵੇਹੀ ਜਗ੍ਹਾ ਹੋਣੀ ਸੀ ਇਹ ਇਸ ਜਗ੍ਹਾ ਨੂੰ ਪੂਰਾ ਸੰਭਾਲਿਆ ਜਾਂਦਾ ਪਰ ਹੁਣ ਵੀ ਪਿੰਡ ਵਾਸੀਆਂ ਵੱਲੋਂ ਸੰਭਾਲਿਆ ਗਿਆ ਪੂਰਾ ਸਹਿਯੋਗ ਦਿੱਤਾ ਜਾਂਦਾ ਇਸ ਨੂੰ ਸੰਭਾਲਣ ਦੇ ਪਿੱਛੇ ਵੀ ਜਿਹੜੀਆਂ ਨਿਸ਼ਾਨੀਆਂ ਨੇ ਇੱਥੇ ਹੈਗੀਆਂ ਦੋਸਤੋ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਜੋ ਦਰਖਤ ਹੈ ਇਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਮਾਤਾ ਦਰੋਪਤਾਂ ਲੋਕ ਸ਼ਿਪਕੇਰੇ ਹਕਰ ਦੇਸਨ ਤੇ ਸਮੇਂ ਦੇ ਹਿਸਾਬ ਨਾਲ ਦਰਖਤ ਛੋਟਾ ਕਰ ਦਿੱਤਾ ਗਿਆ ਪਟ ਦਿੱਤਾ ਗਿਆ ਪਰ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੂਰਜੀ ਦੀ ਕਿਰਨ ਸੱਚਮੁੱਚ ਹੀ ਨਹੀਂ ਟੱਪ ਰਹੀ ਆ ਦੇਖ ਸਕਦੇ ਹੋ ਤੁਸੀਂ ਤੇ ਤਾਂ ਮਾਤਾ ਦਰੋਪਤਾਂ ਦਾ ਜਿਹੜਾ ਜਾਦਗਰ ਸਥਾਨ ਬਣਾਇਆ ਗਿਆ ਹੈ ਤੇ ਇਸ ਜਗ੍ਹਾ ਦੇ ਉੱਤੇ ਭਾਰੀ ਇਕੱਠ ਹੁੰਦਾ ਮੇਲਾ ਲੱਗਦਾ ਤੇ ਲੋਕ ਆਉਂਦੇ ਆ ਆਪਣੀਆਂ ਸ਼ਰਧਾ ਲੈ ਕੇ ਆਉਂਦੇ ਆ ਤੇ ਇਧਰ ਤੁਸੀਂ ਦੇਖ ਸਕਦੇ ਹੋ ਜਿਹੜਾ ਸਥਾਨ ਬਣਾਇਆ ਗਿਆ ਤੇ ਇਸ ਜਗ੍ਹਾ ਦੇ ਉੱਤੇ ਮਾਤਾ ਦਰੋਪਤਾ ਦਾ ਜਿਹੜਾ ਆ ਉਹ ਸਥਾਨ ਬਣਾਇਆ ਗਿਆ ਤੇ ਮਾਤਾ ਦਰੋਪਤਾ ਇੱਥੇ ਲੋਕ ਛਿਪਕੇ ਰਿਹਾ ਕਰਦੇ ਸਨ ਤੇ ਇਸ ਜਗ੍ਹਾ ਦੇ ਉੱਤੇ ਹੀ ਜਿਹੜਾ ਆ ਉਹ ਬੰਦ ਦਾ ਦਰਖਤ ਸੀ ਜਿਹਦੇ ਵਿੱਚ ਮਾਤਾ ਰਿਆ ਕਰਦੇ ਸਨ